ਉਹ ਸਾਹਮਣੇ ਖੂਹ ਤੇ ਬੈ ਕੇ ਉਹ ਚਵਾਰੇ ਦੇ ਵਿੱਚ ਬੈ ਕੇ ਉਹਨੇ ਰੋਟੀ ਪਾਲੀ ਖਾਦਾ ਗੱਡੀ ਦੇ ਵਿੱਚ ਆ ਸਿੱਧੇ ਰਾਹੇ ਆਏ ਆ ਹੋਰ ਸਿੱਧੇ ਰਾਹੇ ਆ ਕੇ ਇੱਥੇ ਗੱਡੀ ਰੁਕੀ ਆ ਜਿੱਦਾਂ ਉਹ ਗੱਡੀ ਰੁਕੀ ਆ ਉਹ ਨਿਕਲੀ ਗਏ ਉੱਤੋਂ ਤੌੜੀ ਗੋੜੀਆਂ ਮਾਰਦਿਆਂ ਗੋੜੀਆਂ ਮਾਰ ਕੇ ਮਾਰ ਉਹੀ ਥਾਂ ਇੱਥੇ ਅਮਰ ਸਿੰਘ ਚਮਕੀਲਾ ਨੂੰ ਗੋਲੀਆਂ ਵਜੀਆਂ ਸੀ Netflix ਤੇ ਆਈ ਫਿਲਮ ਚਮਕੀਲਾ ਨੇ ਪੰਜਾਬ 'ਚ ਇੱਕ ਵਾਰ ਫਿਰ ਤੋਂ ਚਰਚਾ ਛੇੜ ਦਿੱਤੀ ਹੈ ਕਿ ਆਖਿਰ ਚਮਕੀਲਾ ਨਾਲ ਹੋਇਆ ਕੀ ਸੀ ਕਤਲ ਦੇ ਪਿੱਛੇ ਕੌਣ ਸੀ ਫਿਲਮ ਦੀ ਕਹਾਣੀ ਫਿਲਮ ਲਿਖਣ ਵਾਲੇ ਅਤੇ ਬਣਾਉਣ ਵਾਲੇ ਦੇ ਹਿਸਾਬ ਨਾਲ ਹੈ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਦੇ ਉਸ ਵੇਲੇ ਦੇ ਹਾਲਾਤਾਂ ਨੂੰ ਸਮਝਣ ਦੀ ਜਦੋਂ 1988 'ਚ ਇੱਕ ਪਾਸੇ ਅਮਰ ਸਿੰਘ ਚਮਕੀਲਾ ਨੂੰ ਜਲੰਧਰ ਦੇ ਪਿੰਡ ਮੈਸਮਪੁਰ 'ਚ ਅਚਾਨਕ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਜਾਂਦਾ ਹੈ ਅਤੇ ਦੂਜੇ ਪਾਸੇ ਪੰਜਾਬ 'ਚ ਕਤਲੋਗਾਰਤ ਦਾ ਦੌਰ ਸੀ ਤਾਸੀ ਦਾ ਦਿਨ ਜਦੋਂ ਅਮਰ ਸਿੰਘ ਚਮਕੀਲਾ ਆਪਣੀ ਦੂਸਰੀ ਪਤਨੀ ਅਮਰਜੋਤ ਨਾਲ ਜਲੰਧਰ ਜ਼ਿਲ੍ਹੇ ਦੇ ਪਿੰਡ ਮੈਸਮਪੁਰਚ ਅਖਾੜਾ ਲਾਉਣ ਆਇਆ ਅਖਾੜਾ ਪਿੰਡ ਦੇ ਬਾਰ-ਬਾਰ ਲੱਗਿਆ ਸੀ ਲੋਕਾਂ ਦਾ ਠਾਠਾ ਮਾਰਦਾ ਇਕੱਠ ਚਮਕੀਲੇ ਨੂੰ ਸੁਣਨ ਲਈ ਆਇਆ ਸੀ ਇਹ ਉਹ ਥਾਂ ਹੈ ਜਿੱਥੇ ਟੈਂਟ ਲੱਗਿਆ ਸੀ ਤੇ ਇੱਥੇ ਹੀ ਅਖਾੜਾ ਲੱਗਣਾ ਸੀ ਅਖਾੜਾ ਲੱਗਣਾ ਉਹ ਜਿੱਥੇ ਉਹ ਬੂਟਾ ਹੈ ਉੱਥੇ ਸਟੇਜ ਲੱਗਣੀ ਹੈ ਅੱਛਾ ਜਿੱਥੇ ਉਹ ਹਰਾ ਬੂਟਾ ਜਿੱਥੇ ਉਹ ਚਾਦਰ ਪਾਈ ਹੋਈ ਹੈ ਹਾਂ ਉਹ ਚਾਦਰ ਪਾਈ ਜਾ ਕੇ ਫੁੱਲਾਂ ਦੇ ਉੱਥੇ ਸਟੇਜ ਲੱਗਣੀ ਹੈ ਅੱਛਾ ਜੀ ਉੱਥੇ ਲੱਗੜੀ ਸੀ ਇੱਥੇ ਲੱਗੇ ਹੀ ਖੜੇ ਸੀ ਇੱਥੇ ਆ ਕੇ ਗੱਡੀ ਰੁਕੀ ਆ ਉਹ ਜਿੱਦਾਂ ਜਿੱਦਾਂ ਮਤਲਬ ਨਿਕਲੇਗਾ ਉਹ ਗੋਲੀਆਂ ਮਾਰੀ ਗਏ ਸੀ ਅਸੀਂ ਤਾਂ ਡਰ ਗਏ ਸੀ ਬੇ ਡਰ ਕੇ ਨੱਟ ਗਏ ਆਪਣੇ ਘਰ ਤੇ ਇਹਨੂੰ ਉਦੋਂ ਬਾਅਦ ਥੋੜਾ ਗਾਂਹ ਜਾ ਕੇ ਦੇਖਿਆ ਤਾਂ ਫੇਵ ਨਹੀਂ ਦੂਜੀ ਵੱਡੀ ਕਿਸੇ ਰਫਨ ਨਾਲ ਉਹਨਾਂ ਸ਼ਟਾ ਮਤਲਬ ਗੋਲੀਆਂ ਮਾਰੀਆਂ ਉਦੋਂ ਬਾਅਦ ਸਾਰੇ ਡੈਥ ਹੋ ਗਏ ਤੁਸੀਂ 25 ਸਾਲ ਦੀ ਉਮਰ ਸੀ ਤੁਹਾਡੀ 25 26 ਕੋ ਹੋਊਗੀ ਹਾਂ ਤੁਸੀਂ ਕਿੱਥੇ ਖੜੇ ਸੀ ਇੱਧਰ ਇੱਥੇ ਖੜੇ ਸੀ ਇੱਥੇ ਲੱਗੇ ਖੜੇ ਸੀ ਤੇ ਚਾਰ ਜਣੇ ਬਹੁਤ ਜਨਤਾ ਇੱਥੇ ਸਾਰੀ ਜਨਤਾ ਇੱਥੇ ਖੜੀ ਸੀ ਆਜਾ ਤੂ ਸਿਗਾ ਤੂ ਤੇ ਲੋਕੀ ਬਹੁਤ ਬੈਠੇ ਸੀ ਇਹ ਸਾਰੇ ਢਾਲੇ ਢਾਲੇ ਜੁੱਕ ਕੇ ਖੜੇ ਸੀ ਬਹੁਤ ਜੀ ਹਾਂਜੀ ਤੇ ਕਿੰਨੇ ਕ ਵਜੇ ਦਾ ਟਾਈਮ ਹੋਊਗਾ ਵਜੇ ਦਾ ਪੱਕਾ ਤਾਂ ਪਤਾ ਨਹੀਂ 12 ਕਲਾ ਰੱਖ ਲਓ ਟਾਈਮ 12 ਕਲਾ ਹੋਊਗਾ ਚਮਕੀਲੇ ਨੂੰ ਕੌਣ ਮਾਰ ਗਿਆ ਇਹ ਪੇਦ ਅੱਜ ਵੀ ਬਰਕਰਾਰ ਹੈ ਪਰ ਲੋਕਾਂ ਨੇ ਇਹ ਗੱਲ ਮੰਨ ਲਈ ਸੀ ਕਿ ਚਮਕੀਲੇ ਦਾ ਕਤਲ ਖੜਕੂਆ ਨੇ ਕੀਤਾ ਇਸ ਲਈ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਸਨ ਮੈਂ ਉੱਥੇ ਖੜਾ ਸੀਗਾ ਠੀਕ ਹੈ ਹਾਂ ਜਦੋਂ ਗੋਲੀ ਚੱਲੀ ਹੈ ਸਾਰੀ ਜਨਤਾ ਨੱਚ ਰਹੀ ਹੈ ਮੈਂ ਵੀ ਇੱਧਰ ਨੂੰ ਨੱਚ ਰਿਹਾ ਹਾਂ ਹਾਂ ਅੱਛਾ ਅੱਛਾ ਕਿੰਨੀਆਂ ਕ ਗੋਲੀਆਂ ਵੱਜੀਆਂ ਗੋਲੀਆਂ ਦਾ ਉੱਥੇ ਕੋਈ ਪਤਾ ਰਿਹਾ ਤੁਸੀਂ ਆਪਣੀ ਅੱਖੀਂ ਦੇਖਿਆ ਵੀ ਪਹਿਲਾਂ ਅਮਰਜੋਤ ਨੂੰ ਗੋਲੀ ਵੱਜੀ ਠੀਕ ਹੈ ਉਹ ਫੇ ਚਮਕੀਲੇ ਇਹਨਾਂ ਨੂੰ ਫੜ ਲਿਆ ਜਦੋਂ ਨੂੰ ਫੜਿਆ ਤਾਂ ਉਹ ਨਾਲ ਹੀ ਚਮਕੀਲੇ ਦੇ ਵੀ ਮਾਰੇ ਤੇ ਇਹ ਗੋਲੀਆਂ ਮਾਰਨ ਵਾਲੇ ਕਿੰਨੇ ਜਣੇ ਸੀ ਤਿੰਨ ਜਣੇ ਜਾਣੀ ਮੂ ਲੋਕੇ ਹੋਏ ਸੀਗੇ ਇਹ ਹੁਣ ਜਿਵੇਂ ਫਿਲਮਾਂ ਆ ਰਹੀਆਂ ਨੇ ਉਹ ਚ ਦਿਖਾਇਆ ਜਾ ਰਹੇ ਵੇ ਮੂ ਟਕੇ ਹੋਏ ਸੀ ਟਕੇ ਹੋਏ ਸੀ ਮੇਰਾ ਖਿਆਲ ਕਾਦੇ ਤੇ ਆਏ ਸੀ ਉਹ ਤੇ ਸਕੂਟਰ ਤੇ ਅੱਛਾ ਇੱਕੋ ਹੀ ਸਕੂਟਰ ਤੇ ਤਿੰਨ ਜਾਣੇ ਉਹ ਵੀ ਪਹਿਲਾਂ ਇੱਥੇ ਆ ਕੇ ਖੜੇ ਹੋਣਗੇ ਪਹਿਲਾਂ ਹੀ ਖੜੇ ਸਿੱਕੇ ਦਾ ਹੂੰ ਪਹਿਲਾਂ ਕਿਸੇ ਨੂੰ ਕੋਈ ਸ਼ੱਕ ਕੁਛ ਨਹੀਂ ਹੋਇਆ ਨਾ ਕਿਸੇ ਨੂੰ ਕੁਝ ਵੀ ਨਹੀਂ ਆ ਅੱਛਾ ਉਦੋਂ ਬਾਅਦ ਫੇ ਸਾਰੇ ਘਰਾਂ ਨੂੰ ਚਲੇ ਗਏ ਸੀ ਡਰ ਦਾ ਮਾਹੌਲ ਬਣਿਆ ਸੀ ਇੱਥੇ ਫੇ ਪੁਲਿਸ ਆਇਆ ਕਰੇ ਘੰਟੇ ਡੇਢ ਘੰਟੇ ਬਾਅਦ ਉਦੋਂ ਬਾਅਦ ਫੇ ਘੁੰਮ ਘੁੰਮ ਕੇ ਪਿੰਡੋਂ ਆਏ ਸੀ ਫੇ ਲਾਸ਼ਾਂ ਨਾਲ ਲੈ ਗਏ ਸੀ ਅਸੀਂ ਪੁਲਿਸ ਫਿਰ ਜਾਂਚ ਕਰਨ ਲਈ ਆਉਂਦੀ ਰਹੀ ਇੱਥੇ ਪਿੰਡ ਨੀ ਕੋਈ ਆਈ ਪੁਲਿਸ ਬਾਅਦ ਹੁਣ ਸਾਨੂੰ ਨਹੀਂ ਪਤਾ ਸੀ ਕਿ ਹੁਣ ਘਰੀ ਹੁੰਦੇ ਉੱਥੇ ਪਿੰਡ ਹੁੰਦੇ ਇੱਥੇ ਲ ਕੀ ਪਤਾ ਆਈ ਪੁਲਿਸ ਕਨੇ ਆਈ ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਚਮਕੀਲੇ ਦੇ ਕਤਲ ਤੋਂ ਪਹਿਲਾਂ ਅਤੇ ਬਾਅਦ ਚ ਵੀ ਪੰਜਾਬ ਸਹਿਮ ਦੇ ਵਿੱਚ ਹੀ ਸੀ ਆਏ ਦਿਨ ਨੌਜਵਾਨ ਮਾਰ ਰਹੇ ਸਨ ਉਸ ਵੇਲੇ ਟ੍ਰਿਬਿਊਨ ਅਖਬਾਰ ਨਾਲ ਕੰਮ ਕਰ ਰਹੇ ਸੀਨੀਅਰ ਪੱਤਰਕਾਰ ਪ੍ਰਭਜੋਤ ਸਿੰਘ ਦੱਸਦੇ ਹਨ ਕਿ ਕੌਣ ਕਿਸ ਨੂੰ ਮਾਰ ਰਿਹਾ ਸੀ ਕੁਝ ਪਤਾ ਨਹੀਂ ਲੱਗ ਰਿਹਾ ਸੀ ਖਾਲਕੂ ਸੰਘਰਸ਼ ਦੀ ਆੜਛ ਕੋਈ ਵੀ ਕਿਸੇ ਨੂੰ ਮਾਰ ਜਾਂਦਾ ਸੀ ਪੰਜਾਬ ਦੇ ਦੁਖਾਂ ਦੇ ਰਿਹਾ ਕਿ ਪੰਜਾਬ ਦੇ ਜੇ ਤੁਸੀਂ ਇਤਿਹਾਸ ਤੇ ਨਜ਼ਰ ਮਾਰੋ ਤਾਂ ਕੋਈ ਵੀ ਅਜਿਹਾ ਸਮਾਂ ਨਹੀਂ ਰਿਹਾ ਜ 25 ਜਾਂ 30 ਸਾਲ ਲਗਾਤਾਰ ਜਦੋਂ ਪੰਜਾਬ ਵਿੱਚ ਸ਼ਾਂਤੀ ਰਹੀ ਹੋਵੇ ਜੀ ਜੀ ਹਰ ਵੇਲੇ ਕੋਈ ਨਾ ਕੋਈ ਮੁੱਦਾ ਲੈ ਕੇ ਲੋਕ ਐਜੀਟੇਟ ਹੋ ਕੇ ਸੜਕਾਂ ਤੇ ਉਤਰਦੇ ਰਹੇ ਨੇ ਤੇ ਉਹਨਾਂ ਵਿੱਚੋਂ ਕਈ ਵਾਰੀ ਵਾਇਲੈਂਸ ਵੀ ਹੁੰਦੀ ਰਹੀ ਆ ਔਰ ਬਹੁਤ ਵਾਰੀ ਵਾਇਲੈਂਸ ਜਿਹੜੀ ਸੀ ਉਹ ਸਰਕਾਰ ਵੱਲੋਂ ਹੁੰਦੀ ਸੀ ਜਬ ਮਤਲਬ ਕਹਿਣਾ ਮਤਲਬ ਇਹ ਹੈ ਕਿ ਸਰਕਾਰਾਂ ਵੀ ਆਪਣੀ ਪਾਵਰ ਮਿਸਯੂਜ਼ ਕਰਦੀਆਂ ਰਹੀਆਂ ਨੇ ਜੀ ਤੇ ਕਈ ਤਰ੍ਹਾਂ ਦੇ ਹੱਥ ਕੰਡੇ ਵੀ ਬਣਾਉਂਦੇ ਰਹੀਆਂ ਨੇ ਜਿਵੇਂ ਕਿ ਬਲੈਕ ਕੈਟਸ ਦਾ ਕਨਸੈਪਟ ਸੀ ਕਿ ਜੇ ਕਿਸੇ ਵਿਰੋਧ ਕਰ ਰਿਹਾ ਸਰਕਾਰ ਦਾ ਵਿਰੋਧ ਕਰ ਰਿਹਾ ਤੇ ਉਹਨੂੰ ਖਤਮ ਕਰਨਾ ਹੈ ਤਾਂ ਉਹਨਾਂ ਦੇ ਹੀ ਗੁੱਪ ਬਣਾ ਕੇ ਇੱਕ ਕਮਾਂਡੋ ਬਣਾ ਕੇ ਕੈਟਸ ਬਣਾ ਕੇ ਜਿਨ੍ਹਾਂ ਨੂੰ ਖਾੜਕੂਆਂ ਦਾ ਪੇਸ ਦੇ ਕੇ ਜੀ ਜਿਹੜੇ ਸਰਕਾਰ ਨੂੰ ਲੱਗਦਾ ਸੀ ਕਿ ਇਹ ਬੰਦੇ ਨਹੀਂ ਚਾਹੀਦੇ ਉਹਨਾਂ ਦਾ ਅਟੈਕ ਕਰੋ ਆਦਿ ਉਹਨਾਂ ਨੂੰ ਖਤਮ ਕਰਵਾ ਦੇਣਾ ਜੀ ਕੁਝ ਲੋਕ ਇਸ ਦਾ ਫਾਇਦਾ ਉਠਾ ਕੇ ਮੂਵਮੈਂਟਸ ਨੂੰ ਜਦੋਂ ਜਹਦਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਦੱਸ ਗਏ ਕਿ ਮੈਂ ਤਾਂ ਇੱਕ ਕ੍ਰੀਏਟਿਵ ਰਾਈਟਰ ਆ ਮੈਂ ਸਿੰਗਰ ਆ ਮੈਂ ਥੀਏਟਰ ਆਰਟਿਸਟ ਆ ਤੇ ਮੈਂ ਇਸ ਮੂਵਮੈਂਟ ਨੂੰ ਵਿਰੋਧ ਸਿੱਧੇ ਤੌਰ ਤੇ ਤਾਂ ਨਹੀਂ ਕਰਦਾ ਬਟ ਆਪਣੇ ਪੇਸ਼ਕਾਰੀ ਇਦਾਂ ਦੀ ਕਰਦੇ ਨੇ ਕਿ ਲੋਕਾਂ ਵਿੱਚ ਉਸ ਲਈ ਨਫ਼ਰਤ ਪੈਦਾ ਹੋ ਜਾਵੇ ਤੁਹਾਡੇ ਕਹਿਣ ਦਾ ਮਤਲਬ ਕਿ ਚਮਕੀਲਾ ਦੀ ਜਿਹੜੀ ਗਾਇਕੀ ਸੀ ਉਹ ਵੀ ਇਸੇ ਕਰਕੇ ਸੀ ਉਸ ਦੌਰ ਦੇ ਵਿੱਚ ਕਾਫੀ ਹੱਦ ਤੱਕ ਕਿਉਂਕਿ ਉਹਨਾਂ ਨੇ ਇਹ ਹੋਰ ਪਾਸੇ ਲਾਉਣ ਲਈ ਹੋਰ ਪਾਸੇ ਲਾਉਣ ਲਈ ਪਲੱਸ ਪਲੱਸ ਜਿਹੜੇ ਮੂਵਮੈਂਟਸ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਤੇ ਵੀ ਕਿੰਤੂ ਪ੍ਰੰਤੂ ਕਰਨਾ ਤੇ ਕਹਿਣਾ ਕਿ ਇਹ ਉਸੂਲਾਂ ਤੇ ਨਹੀਂ ਚੱਲ ਰਹੇ ਤੇ ਇਹ ਤਾਂ ਉਹ ਨੇ ਲੋਕ ਜਿਹੜੇ ਇੱਕ ਡਿਫਰੈਂਟ ਗਾਰਮ ਵਿੱਚ ਕੰਮ ਕਰ ਰਹੇ ਨੇ ਸੋ ਰਿਆ ਚਮਕੀਲਾ ਦੀ ਸਟੋਰੀ ਵੀ ਇਹਨਾਂ ਲਾਈਨਾਂ ਤੇ ਹੀ ਚੱਲਦੀ ਹੈ ਕਿ ਬਲੇਮ ਜਿਹੜਾ ਕੀਤਾ ਗਿਆ ਸੀ ਉਸ ਵੇਲੇ ਮੈਨੂੰ ਪੂਰਾ ਯਾਦ ਹੈ ਕਿ ਬਲੇਮ ਕੀਤਾ ਗਿਆ ਸੀ ਕਿ ਉਹ ਇੱਕ ਜਿਹੜੀ ਜਦੋਂ ਜਹਾਜ਼ ਚੱਲ ਰਹੀ ਆ ਉਹਦੇ ਵਿੱਚ ਉਹ ਇਸ ਤਰ੍ਹਾਂ ਦਾ ਜ਼ਹਿਰ ਖੋਲ ਰਿਹਾ ਇਸ ਕਰਕੇ ਉਹਨੂੰ ਸਬਕ ਸਿਖਾਇਆ ਗਿਆ ਜੇ ਸਬਕਸਖਣ ਦੇ ਬਹਾਨੇ ਜਾਂ ਕੁਝ ਲੋਕਾਂ ਨੂੰ ਜਿਵੇਂ ਇੱਕ ਸਕੂਲ ਦੇ ਟੀਚਰਾਂ ਨੂੰ ਕਿ ਬੱਚਿਆਂ ਨੂੰ ਠੀਕ ਤਰ੍ਹਾਂ ਨਹੀਂ ਦੱਸਦੇ ਇਸ ਤਰ੍ਹਾਂ ਨਹੀਂ ਦੱਸਦੇ ਖੁੰਦਕਬਾਜੀ ਕੋਈ ਹੋਰ ਹੁੰਦੀ ਸੀ ਕੋਈ ਆਪਣੇ ਬਦਲੇ ਲੈਣੇ ਹੁੰਦੇ ਸਨ ਉਹਦਾ ਸਕੋਰ ਉਹ ਸੈਟਲ ਇਸ ਤਰ੍ਹਾਂ ਦੇ ਕ੍ਰਾਈਮ ਕਰਕੇ ਕਰ ਲੈਂਦੇ ਸਨ ਤੇ ਬਲੇਮ ਖੜਕੂ ਵੱਲੋਂ ਚੱਲ ਜਾਂਦਾ ਸੀ ਔਰ ਕਈ ਵਾਰੀ ਖੜਕੂ ਵੀ ਇਸ ਤਰ੍ਹਾਂ ਦੇ ਗਲਤ ਕੰਮ ਕਰ ਜਾਂਦੇ ਸਨ ਕਿਉਂਕਿ ਕਿਸੇ ਦੀ ਗੱਲਾਂ ਵਿਚ ਆ ਕੇ ਕਿ ਜੀ ਇਹ ਬੰਦਾ ਐਂਟੀਪੰਥਿਕ ਹੈ ਐਂਟੀ ਐ ਅਜੀਟੇਸ਼ਨ ਆਪਣੇ ਜਦੋ ਜਹਾਦੇ ਧਰਮ ਯੁੱਧ ਮੋਰਚੇ ਦੇ ਖਿਲਾਫ ਹੈ ਤੇ ਉਹਨੂੰ ਸਬਕ ਸਿਖਾਓ ਉਹਨੂੰ ਗੱਡੀ ਚੜਾ ਦਿਓ ਜੀ ਗਲਤੀਆਂ ਦੋਨੇ ਪਾਸੇ ਹੁੰਦੀਆਂ ਹਨ ਲੇਕਿਨ ਬਹੁਤ ਸਾਰੇ ਕੇਸ ਅਜੇ ਹੋਏ ਜਿਹੜਾ ਵਿੱਚ ਜਿਹੜਾ ਦੋਸ਼ ਹੈ ਅੱਜ ਵੀ ਉਹ ਕਲੀਅਰ ਨਹੀਂ ਹੋ ਸਕੇ ਚਮਕੀਲਾ ਦੀ ਮੌਤ ਦੇ 8 ਸਾਲ ਬਾਅਦ 28 ਜਨਵਰੀ 1996 ਨੂੰ ਦਿਲਸ਼ਾਦ ਅਕਟਰ ਨਾਮ ਦੇ ਇੱਕ ਹੋਰ ਪੰਜਾਬੀ ਗਾਇਕ ਨੂੰ ਪੰਜਾਬ ਪੁਲਿਸ ਦੇ ਡੀਐਸਪੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ ਵਿੱਚ ਇੱਕ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਮਾਰ ਦਿੱਤਾ ਸੀ ਕਿਉਂਕਿ ਦਿਲਸ਼ਾਦ ਅਕਟਰ ਨੇ ਡੀਐਸਪੀ ਦੀ ਪਸੰਦਾ ਗਾਣਾ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਅੱਜ ਚਮਕੀਲੇ ਦੀ ਗੱਲ ਹੋ ਰਹੀ ਹੈ ਦਿਲਸ਼ਾਦ ਅਕਰਦੀ ਕਿਉਂ ਨਹੀਂ ਇਸ ਬਾਰੇ ਸੁਣੋ ਸੀਨੀਅਰ ਪੱਤਰਕਾਰ ਪ੍ਰਭਜੋਤ ਸਿੰਘ ਕੀ ਕਹਿੰਦੇ ਹਨ ਸਟੇਟ ਦਾ ਇਹ ਸੂਲ ਹੁੰਦਾ ਹੈ ਕਿ ਕੁਝ ਮਸਲੇ ਐਦਾਂ ਦੇ ਛੱਡ ਦਿੱਤੇ ਜਾਣਾ ਚਾਹੀਦੇ ਹਨ ਜਿਨ੍ਹਾਂ ਬਾਰੇ ਲੋਕ ਸੋਚਦੇ ਰਹਿਣ ਵਿਚਾਰਦੇ ਰਹਿਣ ਸ਼ੱਕ ਸ਼ੰਕੇ ਪ੍ਰਗਟ ਕਰਦੇ ਰਹਿਣ ਇਹ ਬਾਰ-ਬਾਰ ਕੋਈ ਕਮੇਟੀ ਬਿਠਾ ਦਿਓ ਕੋ ਕਮਿਸ਼ਨ ਬਿਠਾ ਦਿਓ ਕੋਈ ਇਨਕੁਆਇਰੀ ਕਰਾ ਦਿਓ ਸੈਟਨ ਨੂੰ ਭੇਜ ਦਿਓ ਇਹ ਸਿਰਫ ਇੱਕ ਟਾਈਮ ਬਾਈਂਗ ਟੈਕਟਿਕਸ ਹੁੰਦੇ ਨੇ ਸਰਕਾਰਾਂ ਦੇ ਲੇਕਿਨ ਸਚਾਈ ਕਦੇ ਵੀ ਸਾਹਮਣੇ ਨਹੀਂ ਆਣ ਦਿੱਤੀ ਜਾਂਦੀ ਬਿਕਾਜ਼ ਸਰਕਾਰ ਦੀ ਇੱਕ ਜਾਂ ਕਿਸੇ ਆਧਾਰੇ ਦੀ ਜਾਂ ਕਿਸੇ ਗਰੁੱਪ ਦੀ ਇਹ ਇੱਕ ਮਿੱਥੀ ਦੀ ਚਾਲ ਹੁੰਦੀ ਹੈ ਕਿ ਇਸ ਬੰਦੇ ਨੂੰ ਐਲੀਮੀਨੇਟ ਕਰਨਾ ਤੇ ਇਹ ਫਿਰ ਜਿਹੜਾ ਸਚਾਈ ਹੈ ਕਦੇ ਬਾਹਰ ਨਹੀਂ ਆਏਗੀ ਜੀ ਸੋ ਇਸ ਤਰ੍ਹਾਂ ਦੀਆਂ ਚਾਲਾਂ ਵਿੱਚ ਬਹੁਤ ਸਾਰੇ ਹੋਰ ਵੀ ਲੋਕਾਂ ਦੀਆਂ ਸਿਆਸੀ ਲੋਕਾਂ ਦੀਆਂ ਉਹਨਾਂ ਦੇ ਨਾਲ ਵਿੱਚ ਮੌਤਾਂ ਹੋਈਆਂ ਸਨ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦੀ ਮਿਲੀ ਪ੍ਰਵਤੋਬੇਨਾ ਜਾਂ ਵੱਡੀਆਂ ਆਰਗੇਨਾਈਜੇਸ਼ਨ ਜਿਹੜੀਆਂ ਗੁਪਤ ਆਰਗੇਨਾਈਜੇਸ਼ਨ ਹੁੰਦੀਆਂ ਨੇ ਆਪਰੇਟ ਕਰਦੀਆਂ ਨੇ ਡੈਮੋਕ੍ਰੇਸੀ ਵਿੱਚ ਉਹਨਾਂ ਦੀ ਸਹਿਮਤੀ ਤੋਂ ਬਿਨਾ ਹੋ ਸਕੇ ਫਿਲਮ ਦੀ ਪਰਚੋਲ ਕਰਨ ਵਾਲੇ ਵੀ ਸਵਾਲ ਕਰਦੇ ਹਨ ਕਿ ਦਿਲਜੀਤ ਦੋਸਾਂਝ ਨੇ ਇੰਨਾ 2-3 ਸਾਲਾਂ ਚ ਦੋ ਫਿਲਮਾਂ ਲੀਡ ਰੋਲ ਚ ਕੀਤੀਆਂ ਇਕਮਰ ਸਿੰਘ ਚਮਕੀਲਾ ਤੇ ਦੂਸਰੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਪੰਜਾਬ 95 ਪਰ ਅੱਜ ਫਿਲਮ ਅਮਰ ਸਿੰਘ ਚਮਕੀਲਾ ਲੋਕਾਂ ਦੇ ਸਾਹਮਣੇ ਹੈ ਤੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਫਿਲਮ ਪੰਜਾਬ 95 ਦੇ ਰਿਲੀਜ਼ ਹੋਣ ਤੇ ਰੋਕ ਲੱਗੀ ਹੋਈ ਹੈ ਇਥੋਂ ਤੱਕ ਕਿ ਫਿਲਮ ਪੰਜਾਬ 95 ਨੂੰ ਟ੍ਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਲਾਈਨਅਪ ਤੋਂ ਵੀ ਹਟਾ ਦਿੱਤਾ ਗਿਆ ਸੀ ਅਜਿਹਾ ਕਿਉਂ ਇਹਨਾਂ ਸਵਾਲਾਂ ਦੇ ਜਵਾਬ ਅਜੇ ਬਾਕੀ ਹਨ ਪਿੰਡ ਮੈਸਮਪੁਰ ਤੋਂ ਦਾ ਖਾਲਸ ਟੀਵੀ ਦੀ ਖਾਸ ਰਿਪੋਰਟ